ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੁਝ ਦਿਨ ਪਹਿਲਾਂ ਰਿਲੀਜ਼ ਕੀਤੇ ਗਏ ਗਾਣੇ ਵਿੱਚ ਮਾਈ ਭਾਗੋ ਜੀ ਦੇ ਪ੍ਰਤੀ ਗਾਣੇ ਵਿੱਚ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰ ਗਾਣੇ ਵਿੱਚ ਅਦਾਕਾਰਾਂ ਦੇ ਨਾਲ ਤੁਲਨਾ ਕਰਨ ਨੂੰ ਲੈ ਕੇ ਅਜਨਾਲਾ ਵਿਖੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਤੇ ਸਿੱਖ ਸੰਗਤਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਪੁਤਲਾ ਜਲਾ ਕੇ ਉਸਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ 'ਤੇ ਪ੍ਰਦਰਸ਼ਨਕਾਰੀ ਕਾਬਲ ਸਿੰਘ ਸ਼ਾਹਪੁਰ ਅਤੇ ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਬੀਤੇ ਦਿਨੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਆਪਣੇ ਗਾਣੇ ਵਿੱਚ ਮਾਤਾ ਭਾਗੋ ਜੀ ਦਾ ਜ਼ਿਕਰ ਕਰਨ ਨੂੰ ਲੈ ਕੇ ਸਮੂਹ ਦੇਸ਼ ਵਿਦੇਸ਼ ਦੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਗਾਇਕ ਪੰਜਾਬ ਦੇ ਨੌਜਵਾਨਾਂ ਨੂੰ ਲੱਚਰ ਗਾਣੇ ਗਾ ਕੇ ਉਹਨਾਂ ਨੂੰ ਗਲਤ ਰਾਹ ਦੇ ਵੱਲ ਧੱਕ ਰਿਹਾ ਹੈ। ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਜਨਾਲਾ ਵੱਲੋਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਿੱਧੂ ਮੂਸੇਵਾਲੇ ਨੇ ਪਿਛਲੇ ਦਿਨੀ ਜਿਹੜਾ ਇੱਕ ਉਹਨੇ ਇੱਕ ਗਾਣਾ ਜਿਹੜਾ ਫਿਲਮਾਇਆ ਵਾ ਜੱਟੀ ਦੇ ਬੈਂਦਰ ਹੇਠ, ਉਸ ਗਾਣੇ ਦੇ ਵਿੱਚ ਉਹਨੇ ਜਿਹੜਾ ਜਿੰਨਾ ਲੱਚਰਪੁਣਾ ਜਿੰਨਾ ਉਹਨੇ ਵਿਖਾਇਆ, ਪਰ ਜਿਹੜਾ ਉਹਦੇ ਵਿੱਚ ਮਾਈ ਭਾਗੋ ਦਾ ਜ਼ਿਕਰ ਕੀਤਾ ਗਿਆ ਉਹਦੇ ਉੱਤੇ ਸਾਰੀਆਂ ਸਿੱਖ ਸੰਗਤਾਂ ਨੇ, ਅੱਜ ਜਿਹੜਾ ਅਜਨਾਲੇ ਦੀਆਂ ਸਿੱਖ ਸੰਗਤਾਂ ਨੇ ਭਾਰੀ ਵਿਰੋਧ ਕੀਤਾ ਉਸਦਾ ਔਰ ਸਿੱਧੂ ਮੂਸੇਵਾਲੇ ਨੂੰ। ਔਰ ਅਸੀਂ ਇਹ ਅੱਜ ਅਜਨਾਲਾ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਜਨਾਲਾ ਵੱਲੋਂ ਅਸੀਂ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਪੰਜਾਬ ਦੇ ਨੌਜਵਾਨੀ ਦਾ ਅੱਗੇ ਹੀ ਬੜਾ ਘਾਣ ਹੋ ਚੁੱਕਾ ਆ, ਔਰ ਅਸੀਂ ਇਹ ਗੱਲ ਸਮਝਦੇ ਹਾਂ ਵੀ ਪੰਜਾਬ ਦੇ ਵਿੱਚ ਪਿਛਲੇ ਦਿਨੀ ਅੱਤਵਾਦ ਦੇ ਵਿੱਚ ਉਹਨਾਂ ਨੁਕਸਾਨ ਨਹੀਂ ਹੋਇਆ ਸਾਡੀ ਜਵਾਨੀ ਦਾ, ਜਿੰਨਾ ਨੁਕਸਾਨ ਸਾਡੇ ਪੰਜਾਬ ਦੇ ਲੱਚਰ ਗਾਇਕਾਂ ਨੇ ਕਰ ਦਿੱਤਾ। ਔਰ ਹਰ ਗਾਣੇ ਦੇ ਉੱਤੇ ਹਥਿਆਰਾਂ ਨੂੰ ਔਰ ਲੜਕੀਆਂ ਨੂੰ ਔਰ ਨਸ਼ੇ ਨੂੰ ਪ੍ਰਮੋਟ ਕਰਨ ਵਾਲੇ ਜਿੰਨੇ ਵੀ ਲੱਚਰ ਗਾਇਕ ਨੇ, ਅਸੀਂ ਇਹਨਾਂ ਦੇ ਖਿਲਾਫ਼ ਜਿਹੜਾ ਅੱਜ ਇਹ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਅਜਨਾਲਾ ਵੱਲੋਂ ਅੱਜ ਅਜਨਾਲੇ ਦੇ ਵਿੱਚ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਇਹਨਾਂ ਦਾ ਅਰਥੀ ਫੂਕ ਮੁਜ਼ਾਹਰਾ ਜਿਹੜਾ ਉਹ ਕੀਤਾ ਗਿਆ ਵਾ। ਔਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਲੱਚਰ ਗਾਇਕਾਂ ਨੂੰ ਨੱਥ ਪਾਉਣੀ ਚਾਹੀਦੀ ਆ, ਪੰਜਾਬ ਦਾ ਬੇੜਾ ਗਰਕ ਇਹਨਾਂ ਲੋਕਾਂ ਨੇ ਕਰ ਦਿੱਤਾ ਆ। ਸਾਡੀ ਜਿੰਨੀ ਜਵਾਨੀ ਆ ਆਪਾਂ ਸਾਰੇ ਗੱਲ ਸਮਝ ਸਕਦੇ ਹਾਂ ਵੀ ਜਿਹੜੇ 18-20 ਸਾਲ ਦੇ ਸਾਡੇ ਨੌਜਵਾਨ ਬੱਚੇ ਨੇ ਉਹ ਚੰਗੇ ਬੰਨੇ ਛੇਤੀ ਨਹੀਂ ਲੱਗਦੇ, ਲੇਕਿਨ ਮਾੜੀ ਗੱਲ ਨੂੰ ਬਹੁਤ ਛੇਤੀ ਕੈਚ ਕਰਦੇ ਆ। ਔਰ ਪਤਾ ਨਹੀਂ ਕੀ ਕੁਝ ਇਹਨਾਂ ਨੇ ਸਾਡੀ ਜਵਾਨੀ ਨੂੰ ਪਰੋਸ ਕੇ ਦਿੱਤਾ ਔਰ ਸਾਡੀ ਜਵਾਨੀ ਦਾ ਬੇੜਾ ਗਰਕ ਕੀਤਾ। ਅਸੀਂ ਇਹਨਾਂ ਦੇ ਖਿਲਾਫ਼ ਪੁਰਜ਼ੋਰ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਨੱਥ ਪਾਈ ਜਾਵੇ, ਇਹਨਾਂ ਦੇ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ ਤਾਂ ਕਿ ਪੰਜਾਬ ਨੂੰ, ਪੰਜਾਬੀਅਤ ਨੂੰ, ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਇਹ ਸਾਡੀ ਬੇਨਤੀ ਮਾਫ਼ੀ ਇਹਨੇ ਮੰਗੀ ਆ। ਔਰ ਪਰ ਇਹ ਗੱਲ ਜਿਹੜੀ ਆ ਉਹ ਕੁਝ ਜਿਹੜੀ ਸਿੱਖੀ ਭਾਵਨਾਵਾਂ ਨੂੰ ਠੇਸ ਪੁੱਜੀ ਆ ਇਹਦੀ ਗਾਇਕੀ ਦੇ ਨਾਲ, ਇਹ ਇਕੱਲਾ ਮਾਫ਼ੀ ਮੰਗਣ ਯੋਗ ਹੀ ਇੱਕ ਵਿਸ਼ਾ ਨਹੀਂ ਰਹਿ ਗਿਆ ਵੀ ਆਪਾਂ ਕਿਸੇ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਈਏ ਅਤੇ ਮੁੜ ਕੇ ਮਾਫ਼ੀ ਮੰਗ ਲਈਏ ਤਾਂ ਉੱਥੇ ਗੱਲ ਖਤਮ ਹੋ ਜਾਵੇ। ਸਾਨੂੰ ਇਹ ਗੱਲ ਜਿਹੜੀਆਂ ਇਹੋ ਜਿਹੇ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਆ ਵੀ ਜਿਹੜਾ ਅਸੀਂ ਗਾਇਕ ਗੱਲ ਕਰਨ ਲੱਗੇ ਹਾਂ ਜਾਂ ਅਸੀਂ ਸਟੇਜ ਤੋਂ ਬੋਲਣ ਲੱਗੇ ਹਾਂ ਜਾਂ ਜਿਹੜੀ ਚੀਜ਼ ਨੂੰ ਹਜ਼ਾਰਾਂ ਲੋਕਾਂ ਨੇ ਸੁਣਨਾ, ਲੱਖਾਂ ਲੋਕਾਂ ਨੇ ਸੁਣਨਾ ਆ, ਉਹਦੇ ਵਿੱਚ ਸਾਡਾ ਮੈਸੇਜ ਕੀ ਜਾਊਗਾ ਸਾਡੇ ਸਮਾਜ ਨੂੰ, ਸਾਡੇ ਕੌਮ ਨੂੰ, ਸਾਡੇ ਸਮਾਜ ਨੂੰ ਕਿਸੋ ਜਿਹਾ ਮੈਸੇਜ ਜਾਂਦਾ ਆ, ਇਹ ਗੱਲ ਪਹਿਲਾਂ ਸੋਚਣੀ ਚਾਹੀਦੀ ਆ, ਨਾ ਕਿ ਬਾਅਦ 'ਚ ਆਪਾਂ ਇੱਕ ਸੌਰੀ ਕਹਿ ਦਈਏ ਜਾਂ ਆਪਾਂ ਮਾਫ਼ੀ ਮੰਗ ਲਈਏ ਤਾਂ ਉੱਥੇ ਸਾਰੀ ਗੱਲ ਖਤਮ ਹੋ ਜਾਂਦੀ। ਪਿਛਲੀ ਦਿਨੀ ਸਿੱਧੂ ਮੂਸੇਵਾਲੇ ਨੇ ਜਿਹੜਾ ਇੱਕ ਗਾਣਾ ਉਹਨੇ ਆਪਣਾ ਰਿਕਾਰਡ ਕਰਵਾਇਆ ਸੀ ਜਾਂ ਪੇਸ਼ਾ ਨੇ, ਉਹਦੇ ਵਿੱਚ ਸਿੱਖ ਕੌਮ ਦੀ ਮਹਾਨ ਮਾਤਾ ਭਾਗੋ ਕੌਰ ਨੂੰ ਉਹਨੇ ਵਰਤਿਆ ਗਿਆ, ਉਹਦਾ ਨਾਂ ਲਿਆ, ਜਿਹੜਾ ਸਿੱਖ ਕੌਮ ਲਈ ਇੱਕ ਨਾਂ ਸਹਿਣ ਯੋਗ ਗੱਲ ਆ, ਕਿਉਂਕਿ ਉਹ ਇੱਕ ਮਹਾਨ ਜਿਹੜੀ ਸਿੱਖ ਕੌਮ ਦੇ ਮਹਾਨ ਨਾਇਕਾ ਹੋਈ ਆ ਮਾਤਾ ਭਾਗੋ ਕੌਰ, ਉਹ ਇਹ ਅਖੌਤੀ ਗਾਇਕ ਜਿਹੜੇ ਆ ਇਹ ਸਿੱਖ ਕੌਮ ਨਾਲ ਖਿਲਵਾੜ ਕਰਦੇ ਆ, ਕਿਉਂਕਿ ਇਹਨਾਂ ਲੋਕਾਂ ਨੇ ਅੱਗੇ ਬੜਾ ਨੁਕਸਾਨ ਕੀਤਾ ਸਾਡੇ ਪੰਜਾਬ ਦਾ, ਆਪ ਇਹਨਾਂ ਨੇ ਚਿੜੀ ਨੂੰ ਢੇਮੀ ਮਾਰੀ ਹੁੰਦੀ ਅਤੇ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਹਥਿਆਰਾਂ ਦੇ ਵਿੱਚ ਧਕੇਲਦੇ ਨੇ ਗਾਣ ਦੇ ਰੂਪ, ਉਹ ਇਸ ਤਰ੍ਹਾਂ ਹੀ ਨੌਜਵਾਨ ਜਿਹੜੇ ਫਿਰ ਉਹ ਗਲਤ ਕੰਮ 'ਚ ਆ ਜਾਂਦੇ ਨੇ। ਅਸੀਂ ਪੰਜਾਬ ਸਰਕਾਰ ਕੋਲ ਮੰਗ ਕਰਦੇ ਹਾਂ, ਸਿੱਖ ਕੌਮ ਦੇ ਜਥੇਦਾਰ ਸ੍ਰੀ ਕਾਤ ਸਾਹਿਬ ਤੋਂ ਇੱਕ ਮੰਗ ਕਰਦੇ ਹਾਂ ਵੀ ਇਹਨਾਂ ਲੋਕਾਂ ਦੇ ਖਿਲਾਫ਼ ਇੱਕ ਸਖ਼ਤ ਫਰਮਾਨ ਜਾਰੀ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਬਾਰੇ ਇਹੋ ਜਿਹੀ ਸ਼ਬਦਾਵਲੀ
ਇਹੋ ਜਿਹੇ ਨਾਇਕਾਂ ਨੂੰ ਪੇਸ਼ ਨਾ ਕਰੇ ਜਿੱਥੇ ਸਿੱਖ ਕੌਮ ਦੇ ਹਿਰਦੇ ਵਰੂਦਰੇ ਜਾਣ।